ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਤੁਹਾਡੇ ਲਈ ਇੱਕ ਵੱਡੀ ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰ ਹੋਏ ਹਾਂ ਜੀ ਬਿਗ ਬ੍ਰੇਕਿੰਗ ਨਿਊਜ਼ ਆ ਰਹੀ ਹੈ ਦੋਸਤੋ ਹੁਣ ਪੰਜਾਬ ਵਿੱਚ ਸਕੂਲਾਂ ਲਈ ਜਾਰੀ ਹੋਇਆ ਅਜਿਹਾ ਫਰਮਾਨ ਚੱਕਰਾਂ ਵਿੱਚ ਪਏ ਸਕੂਲ ਦੋਸਤੋ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਤਾਂ ਜੋ ਤੁਹਾਨੂੰ ਵੱਡੀ ਖਬਰ ਦੀ ਜਾਣਕਾਰੀ ਮਿਲ ਸਕੇ ਤੇ ਨਾਲ ਹੀ ਵੀਡੀਓ ਨੂੰ ਲਾਈਕ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਚਾਰੇ ਪਾਸੇ ਸ਼ੇਅਰ ਜ਼ਰੂਰ ਕਰ ਦਿਓ ਬੱਚਿਆਂ ਦੀ ਪੜ੍ਹਾਈ ਦਾ 1 ਸਾਲ ਪੂਰਾ ਹੋ ਚੁੱਕਾ ਹੈ ਪਰ ਪ੍ਰੀਖਿਆਵਾਂ ਨੂੰ ਲੈ ਕੇ ਲਏ ਗਏ ਫੈਸਲੇ ਸਬੰਧੀ ਹਜੇ ਵੀ ਦੋ ਚਿੱਤੇ ਹੀ ਬਣੀ ਹੋਈ ਹੈ ਕਿਉਂਕਿ ਕੋਰੋਨਾ ਵਾਇਰਸ ਦੇ ਵਧੇ ਹੋਏ ਫੈਲਾਅ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ ਅੰਦਰ 10ਵੀਂ ਤੇ 12ਵੀਂ ਸ਼੍ਰੇਣੀ ਦੀਆਂ ਪ੍ਰੀਖਿਆਵਾਂ ਦਾ ਤਰੀਕਾ ਨੂੰ ਅੱਗੇ ਵਧਾਰ ਦਿੱਤਾ ਗਿਆ ਸੀ ਪਰ ਹੁਣ ਇੱਕ ਹੋਰ ਵਜ੍ਹਾ ਦੇ ਕਾਰਨ ਸਿੱਖਿਆ ਵਿਭਾਗ ਸੂਬੇ ਦੇ ਸਕੂਲਾਂ ਦੇ ਵਿੱਚ ਚਰਚਾ ਦਾ ਕਾਰਨ ਬਣ ਚੁੱਕਾ ਹੈ ਚਰਚਾ ਦਾ ਕਾਰਨ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤਾ ਗਿਆ ਅਜਿਹਾ ਫਰਮਾਨ ਹੈ ਕਿ ਬੋਰਡ ਦੀਆਂ 8ਵੀਂ ਜਮਾਤ ਦੇ ਨਾਲ ਸੰਬੰਧਤ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਆਦੇਸ਼ ਦੇ ਵਿੱਚ ਇਸ ਆਦੇਸ਼ ਦੇ ਮੁਤਾਬਕ ਬੋਰਡ ਵੱਲੋਂ 8ਵੀਂ ਜਮਾਤ ਦੇ ਕੇਵਲ ਲਈ ਕੇਵਲ 6 ਪੇਪਰਾਂ ਦੀਆਂ ਉੱਤਰ ਪੱਤਰੀਆਂ ਦੇਣ ਦਾ ਫੈਸਲਾ ਕੀਤਾ ਜਾਂਦਕਿ 8ਵੀਂ ਜਮਾਤ ਦੇ ਕੁੱਲ 10 ਪੇਪਰ ਹੰਤੇ ਬਾਕੀ ਦੇ ਬਚੇ ਹੋਏ 4 ਪੇਪਰਾਂ ਦੀਆਂ ਉੱਤਰ ਪੱਤਰੀਆਂ ਹੁਣ ਸੰਬੰਧਤ ਸਕੂਲਾਂ ਨੂੰ ਆਪਣੇ ਪੱਧਰ ਤੇ ਹੀ ਤਿਆਰ ਕਰਨੀਆਂ ਹੋਣਗੀਆਂ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤੇ ਗਏ ਇਸ ਆਦੇਸ਼ ਨੂੰ ਮਾਨਤਾ ਪ੍ਰਾਪਤ ਤੇ ਐਫੀਲੀਏਟਡ ਸਕੂਲ ਐਸੋਸੀਏਸ਼ਨਾਂ ਰਾਸ਼ਾ ਵੱਲੋਂ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ ਦੋਸਤੋ ਬੋਰਡ ਦੇ ਇਸ ਫੈਸਲੇ ਨੂੰ ਸਾਰਾ ਸਾਰਾ ਗਲਤ ਠਹਿਰਾਉਂਦੇ ਹੋਏ ਜੱਥੇਬੰਦੇ ਦੇ ਆਗੂ ਸੁਰਜੀਤ ਕੁਮਾਰ ਬੱਬਲੋ ਤੇ ਕਮਲਜੀਤ ਸੰਕੂਲੀ ਨੇ ਆਖਿਆ ਕਿ ਬੋਰਡ ਵੱਲੋਂ ਪਹਿਲਾਂ ਪ੍ਰੀਖਿਆਵਾਂ ਦੇ ਨਾਮ ਉੱਪਰ ਵਿਦਿਆਰਥੀਆਂ ਬੋਲੋਂ ਕੋਲੋਂ ਫੀਸਾਂ ਵਟੌਰ ਲਈਆਂ ਗੀਆਂ ਹਨ ਤੇ ਹੁਣ ਬੋਰਡ ਵੱਲੋਂ ਆਪਣੀ ਜ਼ਿੰਮੇਵਾਰੀ ਸਕੂਲਾਂ ਉੱਪਰ ਸੁੱਟ ਕੇ ਸਕੂਲਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਵੱਧ ਤੋਂ ਵੱਧ ਸ਼ੇਅਰ ਕਰੋ ਮਾਪੇ ਬੱਚੇ ਤੱਕ ਸਕੂਲਾਂ ਤੱਕ ਖਬਰ ਪੰਚਾ ਦਿਓ ਦੋਸਤੋ ਧੰਨਵਾਦ